ਨਾਨਕ ਸਿੰਘ ਦਾ ਨਾਵਲ ਹੈ ਵਰਨਿੰਗ ਸਰਪ ਪਹਿਲਾ ਅੰਕ ਰਾਤ ਬਹੁਤੀ ਨਹੀਂ ਸੀ ਬੀਤੀ ਇਹੋ 10:30 ਦਾ ਵਕਤ ਹੋਏਗਾ ਪਰ ਸੁਸ਼ਮਾ ਨੂੰ ਜਾਪਦਾ ਜਿਵੇਂ ਅੱਧੀ ਰਾਤ ਬੀਤ ਚੁੱਕੀ ਹੈ ਉਮੀਦਵਾਰੀ ਦੇ ਦਿਨੀ ਜਨਾਨੀਆਂ ਦਾ ਦਿਲ ਹੁਣ ਜੀ ਡਰੂਜਿਆ ਹੋ ਜਾਇਆ ਕਰਦਾ ਹੈ ਫਿਰ ਸੁਸ਼ਮਾ ਤਾਂ ਬੈਲਪਲੇਠਣ ਸੀ ਇਸ ਉੱਤੇ ਉਜਾੜ ਬਿਆਬਾਨ ਥਵੇਂ ਘਰ ਲਾਗਲਾ ਬਰਸਾਤੀ ਨਾਲਾ ਵਗਣ ਦੀ ਆਵਾਜ਼ ਉਹਨੂੰ ਹੋਰ ਵੀ ਡਰਾ ਰਹੀ ਸੀ ਆਲੇ ਦੁਆਲੇ ਕੁਝ ਧੋਬੀਆਂ ਦੇ ਘਰ ਹੈ ਸਨ ਪਰ ਇੰਨੀ ਵਿਰਲੀ ਵਾਟ ਕਿ ਆਵਾਜ਼ ਮਾਰੀ ਨਾ ਕੋਈ ਸੁਣ ਸਕੇ ਅਜੇ ਥਾਵੇਂ ਜਿੱਥੇ ਚੰਗੇ ਭਲੇ ਆਦਮੀ ਦੇ ਸੋਤਰ ਸੁੱਕ ਜਾਣ ਵਿਚਾਰੀ ਸੁਸ਼ਮਾ ਕੀ ਕਰੇ ਕਲ ਮੁਕੱਲੀ ਰੁੱਤ ਭਾਵੇਂ ਹੁਨਾਲ ਦੀ ਸੀ ਪਰ ਇਹੋ ਜੇ ਠੰਡੇ ਪਹਾੜਾਂ ਉੱਤੇ ਜਦੋਂ ਮੀਂਹ ਚੱਖੜ ਸ਼ੁਰੂ ਹੋ ਜਾਏ ਤਾਂ ਮੈਦਾਨੀ ਸਿਆਲ ਜਿੰਨੀ ਠੰਡ ਹੋ ਜਾਇਆ ਕਰਦੀ ਹੈ ਬਿਸtre ਚ ਸਲਵੱਟੀ ਲੈੰਦੀ ਹੋਈ ਉਹ ਸੋਚ-ਸੋਚ ਕੇ ਗੋਤਿਆਂ 'ਚ ਪੈ ਰਹੀ ਸੀ ਕਿਉਂ ਆ ਜੇ ਨਾ ਛਿਰ ਕਰ ਦਿੱਤਾ ਨੇ ਰੱਬ ਸੱਚਾ ਸੁੱਖ ਰੱਖੇ ਕਾਲੀ ਬੋਲੀ ਰਾਤ ਮੀਂਹੇਰੀ ਦਾ ਮੌਸਮ ਬੂਆ ਖੜਕਣ ਦੀ ਆਵਾਜ਼ ਹੋਈ ਸੁਸ਼ਮਾ ਬਿੱਲੀ ਵਾਂਗ ਮੰਜੇ ਤੋਂ ਛਾਲ ਮਾਰ ਕੇ ਬੂਹੇ ਤੱਕ ਜਾ ਪਹੁੰਚੀ ਪਰ ਕੋਈ ਵੀ ਨਹੀਂ ਸੀ ਉੱਥੇ ਝੱਖੜ ਨਾਲ ਬੂਹੇ ਦੇ ਤਾਕ ਖੜਕਣ ਦੀ ਆਵਾਜ਼ ਸੀ ਉਹ ਪੱਥਰ ਦੀ ਮੂਰਤ ਵਾਂਗ ਦਹਲਿਜ਼ਾਂ ਵਿੱਚ ਜਿਵੇਂ ਗੱਡੀ ਗਈ ਬਾਹਰ ਹਲਕੀ ਫੁਆਰ ਪੈ ਰਹੀ ਸੀ ਨਾਲੇ ਹਨੇਰੀ ਦਾ ਠਹਾਕਾ ਸੁਸ਼ਮਾ ਦਾ ਕਲੇਜਾ ਤੱਕ ਤੱਕ ਕਰ ਰਿਹਾ ਸੀ ਡਰਤੇ ਸਹਮ ਨਾਲ ਗੱਲ ਕੀ ਹੋ ਗਈ ਅੱਜ ਅੱਗੇ ਨਾ ਕਦੇ ਪਿੱਛੇ ਏਨਾ ਚਿਰ ਨਾ ਕੋਈ ਗਰਮ ਕੱਪੜਾ ਕੋਲ ਨਾ ਟਾਰਚ ਹੱਥ ਵਿੱਚ ਅੰਨੀ ਹਨੇਰੀ ਰਾਤ ਦੋਹੀ ਪਾਸੇ ਖੜ੍ਹ ਰੱਬ ਨਾ ਕਰਾਏ ਜੇ ਕਿਤੇ ਪੈਰ ਤਿਲਕ ਜਾਏ ਜੇ ਮੋੜ ਮੁੜਨ ਲੱਗਿਆਂ ਹੀਠਾਂ ਜਾ ਪੈਣ ਸਰਦੀ ਲੱਗਣ ਨਾਲ ਜੇ ਦੁਸ਼ਮਣਾਂ ਨੂੰ ਉਵੇਂ ਖੜਿਆਂ ਖੜਿਆਂ ਹੋਰ ਕਈ ਭਾਂ ਦੇ ਡਰਾਉਣੇ ਖਿਆਲ ਉਹਦੇ ਦਿਲ ਚੋਂ ਲੰਗੀ ਜਾ ਰਹੇ ਸਨ ਕੁਝ ਦਿਨ ਪਹਿਲਾਂ ਉਨੇ ਇੱਕ ਧੋਬੀ ਦਾਤਾਰਾਮ ਨੂੰ ਵੇਖਿਆ ਸੀ ਜਿਹਦਾ ਨੱਕ ਤੇ ਇੱਕ ਅੱਖ ਨਹੀਂ ਸੀ ਜਿਸ ਬਾਰੇ ਉਹਨੂੰ ਦੱਸਿਆ ਗਿਆ ਸੀ ਕਿ ਇੱਕ ਵੇਰਾਂ ਰਾਤੀ ਜੰਗਲ 'ਚ ਜਾਂਦਿਆਂ ਦਾਤਾਰਾਮ ਨੂੰ ਇੱਕ ਰਿੱਚ ਟਕਰਿਆ ਤੇ ਇਹ ਨੱਕ ਤੇ ਅੱਖ ਦੀ ਹਾਨੀ ਉਸੇ ਦੇ ਹਮਲੇ ਦਾ ਨਤੀਜਾ ਸੀ ਧੋਬੀ ਦੀ ਗੱਲ ਯਾਦ ਕਰਕੇ ਸੁਸ਼ਮਾ ਅੱਡੀ ਤੋਂ ਚੋਟੀ ਤੱਕ ਕੰਬ ਉੱਠੀ ਬੁਖੇਜ ਖੜੀ-ਖੜੀ ਕੰਬਦੀ ਹੋਈ ਦੀ ਅੰਤਰਾਤਮਾ ਪੁਕਾਰ ਰਹੀ ਸੀ ਹੇ ਭੋਣਾ ਵਾਲੀ ਮਾਤਾ ਉਨਦੀ ਐਸ਼ਟਮੀ ਨੂੰ ਤੇਰੀਆਂ ਕੰਜਕਾਂ ਬਿਠਾਵਾਂਗੀ ਜੇ ਸੁੱਖੀ ਸੰਦੀ ਘਰ ਆ ਜਾਣ। ਬਿਜਲੀ ਕੜਕਨ ਦੀ ਕੰਨ ਪਾੜਵੀਂ ਆਵਾਜ਼ ਪੈਦਾ ਹੋਈ। ਇੰਨੇ ਜ਼ੋਰ ਦੀ ਕੜਾਕਾ ਜਿਵੇਂ ਕਿਤੇ ਲੱਗੀ ਬਿਜਲੀ ਡਿੱਗੀ ਹੋਵੇ। ਸੁਸ਼ਮਾ ਦੇ ਸਰੀਰ ਵਿੱਚ ਝੰਝੁਣੀ ਪੈਦਾ ਹੋਈ। ਉਹਦੀਆਂ ਲੱਤਾਂ ਲੜਖੜਾਉਣ ਲੱਗੀਆਂ। ਬਿਨਾ ਬੂਹਾ ਬੰਦ ਕੀਤੇ ਉਹ ਪਿਛਾਂ ਮੁੜੀ ਤੇ ਮੁਰਮੰਝੇ ਤੇ ਲੇਟ ਗਈ। ਗੁੱਸੇ ਨਾਲ ਦੰਦ ਕਰੀਜਦੀ ਹੋਈ ਖਸਮਾਂ ਨੂੰ ਖਾਏ ਚੁੱਲ੍ਹੇ 'ਚ ਪਵੇ ਇਹੋ ਜਿਹੀ ਟੀਊਸ਼ਨ ਜਦੋਂ ਨਹੀਂ ਸੀ ਮਿਲੀ। ਉਦੋਂ ਵੀ ਤਾਂ ਖੰਨੀ ਚੱppa ਜੁੜੀ ਜਾਂਦਾ ਸੀ ਹੁਣ ਇਹਨਾਂ ਚਾਲੀਆਂ ਨਾਲ ਕਿਹੜੇ ਮਹਿਲ ਉਸਰ ਜਾਣਗੇ ਜਾਨ ਨਾਲ ਜਹਾਨ ਹੈ ਅਗਲਾ ਕੀ ਫੂਕਣਾ ਮੈਂ ਠਿਕਰੀਆਂ ਨੂੰ ਉਹ ਫਿਰ ਮੰਜੇ ਤੋਂ ਉਤਰੀ ਤੇ ਲੱਤਾਂ ਬਦੂਬਦੀ ਖਿੱਚ ਕੇ ਉਹਦੇ ਸਰੀਰ ਨੂੰ ਘਰ ਤੋਂ ਬਾਹਰ ਲੈ ਤੁਰੀਆਂ ਹੁਣ ਉਹ ਆਪਣੇ ਆਪ ਨੂੰ ਘਰ ਲਾਗ ਲਈ ਉਹ ਸੜਕ ਤੇ ਖੜੀ ਵੇਖ ਰਹੀ ਸੀ ਜਿਹਦਾ ਇੱਕ ਸਿਰਾ ਬੈਲੂਨ ਦੀ ਚੜ੍ਹਾਈ ਵੱਲ ਨੂੰ ਮੁੜ ਜਾਂਦਾ ਸੀ ਤੇ ਦੂਸਰਾ ਥਲਵੇਂ ਖੱਡ ਥਾਣੇ ਹੁੰਦਾ ਹੋਇਆ ਚੰਬਾ ਰੋਡ ਵੱਲ ਰੁੱਕ ਕਰਦਾ ਸੀ ਚੱਖੜ ਦਾ ਜ਼ੋਰ ਘਟ ਰਿਹਾ ਸੀ ਪਰ ਨਾਲੇ ਦੀ ਡਰਾਣੀ ਆਵਾਜ਼ ਪਹਿਲਾਂ ਨਾਲੋਂ ਵੀ ਉੱਚੀ ਹੋ ਕੇ ਦਹਾੜ ਰਹੀ ਸੀ ਸੰਘਣੇ ਹਨੇਰੇ ਚ ਬੈਲੂਨ ਛੌਣੀ ਦੀਆਂ ਜਗ ਰਹੀਆਂ ਬੱਤੀਆਂ ਉਹਨੂੰ ਟਟਹਣਿਆਂ ਦਾ ਝੁੰਡ ਜਿਹਾ ਪ੍ਰਤੀਤ ਹੋ ਰਹੀਆਂ ਸਨ ਭਿੱਜੀ ਹੋਈ ਹਵਾ ਦੇ ਚੌਂਕੇ ਉੱਪਰ ਲੀਆਂ ਪਹਾੜੀਆਂ ਉੱਤੇ ਜ਼ੋਰਦਾਰ ਮੀਂਹ ਪੈਣ ਦੀ ਸੂਚਨਾ ਦੇ ਰਹੇ ਸਨ ਸੁਸ਼ਮਾ ਜੀ ਦੀ ਉਡੀਕ ਚਫਾਵੀ ਹੋ ਰਹੀ ਸੀ ਉਹਨੇ ਵੀ ਤਾਂ ਉਧਰੋਂ ਹੀ ਆਉਣਾ ਸੀ ਅੱਪਰ ਬਕਰੋਟਾ ਵੱਲੋਂ ਉਵੇਂ ਮੀਲ ਪੱਥਰ ਵਾਂਗ ਸੜਕ ਤੇ ਖੜੀ ਖੜੀ ਸੁਸ਼ਮਾਨੀ ਸੜਕ ਦੇ ਉਸ ਪਾਸੇ ਵੱਲ ਅੱਖਾਂ ਗੱਡੀਆਂ ਹੋਈਆਂ ਸਨ ਜਿੱਥੋਂ ਚਰਚ ਰੋਡ ਵੱਲ ਸੜਕ ਪਾਟਦੀ ਸੀ ਉਹਦੇ ਕੱਪੜੇ ਭਿੱਜ ਕੇ ਗੜੁੱਚ ਹੋ ਗਏ ਸਨ ਤੇ ਦੰਦੋੜੀਕਾ ਵੱਜ ਰਿਹਾ ਸੀ ਪਰ ਉਹਨੂੰ ਭਿੱਜਣ ਠਰਨ ਦਾ ਧਿਆਨ ਨਹੀਂ ਸੀ ਉਹਦੇ ਰੋਮ ਰੋਮ 'ਚੋਂ ਆਪਣੇ ਬਾਲਮ ਦੀ ਪ੍ਰਾਣ ਰੱਖਿਆ ਲਈ ਕਾਮਨਾਵਾਂ ਤੇ ਅਰਜ਼ੋਈਆਂ ਉਮੜੀ ਆ ਰਹੀਆਂ ਸਨ ਖੜਿਆਂ ਖੜਿਆਂ ਜਦੋਂ ਉਹਨੂੰ ਲੱਤਾਂ 'ਚ ਕੀੜੀਆਂ ਤੁਰਦੀਆਂ ਜਾਪਣ ਲੱਗਦੀਆਂ ਕਾ ਕਦੀ ਸੱਜਾ ਕਦੀ ਖੱਬਾ ਪੈਰ ਚੁੱਕੇ ਉਹ ਅੰਬਾ ਦੂਰ ਕਰਨ ਦਾ ਨਿਸਫਲ ਯਤਨ ਕਰਦੀ ਦੂਰ ਸਾਰੇ ਉਹਨੂੰ ਕੁਝ ਵਿਖਾਈ ਦਿੱਤਾ ਬਦਲਾਂ ਦੀ ਕਾਲੋਂ ਵਿੱਚੋਂ ਕੋਈ ਅੱਖ ਜੀ ਝਾਕਦੀ ਜੋ ਤਤਫਾਟੀ ਟਾਰਚ ਦੇ ਚਾਨਣ ਚ ਬਦਲ ਗਈ ਤੇ ਜਿਹਨੂੰ ਤੱਕਦਿਆਂ ਸੁਸ਼ਮਾਨ ਛੂਟ ਵੱਟ ਕੇ ਉਸ ਬੰਨੇ ਭੱਜ ਗਈ ਰਾਜੇ ਕਦਵੇਰਾ ਉਹਦੇ ਦਿਲ ਨੇ ਸ਼ੰਕਾ ਪ੍ਰਗਟ ਕੀਤੀ ਉਹਦੇ ਪਤੀ ਪਾਸ ਦਾ ਟਾਰਚ ਹੈ ਨਹੀਂ ਸੀ ਮਤੇ ਕੋਈ ਹੋਰ ਹੋਵੇ ਪਰ ਉਦੇ ਕਦਮਾਂ 'ਚ ਸਥਲਤਾ ਨਹੀਂ ਆਈ ਜਤੀ ਕੋ ਭੱਜੀ ਗਈ ਜਤੀ ਟਾਰਚ ਵਾਲੇ ਦੀ ਨੁਹਾਰ ਉਹਨੇ ਪਛਾਣ ਨਾ ਲਈ ਤੇ ਨੁਹਾਰ ਵਾਲੇ ਨੁਹਾਰ ਨਾਲੋਂ ਵੀ ਕਿਤੇ ਵੱਧ ਪਿਆਰੀ ਚੀਜ਼ ਸੀ ਉਹਦੇ ਪਤੀ ਦੀ ਆਵਾਜ਼ ਓ ਸੁਸ਼ਮਾ ਤਵੇਲ ਵਾਂਗ ਪਤੀ ਦੇ ਸਰੀਰ ਨਾਲ ਲਿਪਟ ਗਈ ਉਹਦੀ ਚੇਤਨ ਸ਼ਕਤੀ ਲਗਭਗ جواب ਦੇ ਚੁੱਕੀ ਸੀ ਅੰਗ ਦੂਸਰਾ ਕਿਸਮਤ ਦਾ ਚੱਕਰ ਜਦੋਂ ਉਲਟੇ ਰੁਖ ਚੱਲਣ ਲੱਗਦਾ ਹੈ ਤਾਂ ਸਭ ਕੁਝ ਉਲਟ ਪੁਲਟ ਹੋ ਜਾਂਦਾ ਹੈ ਅਜੇ ਹੀ ਉਲਟੇ ਚੱਕਰ ਨੇ ਮੀਲਾ RAM ਦੇ ਪਰਿਵਾਰਕ ਸੁੱਖ ਸਾਧਨ ਖੋਲੇ ਸਨ। ਉਹਦੇ ਘਰ ਦੀ ਹਾਲਤ ਭਾਵੇਂ ਪਹਿਲਾਂ ਵੀ ਐਸੀ ਚੰਗੀ ਨਹੀਂ ਸੀ। ਫਿਰ ਵੀ ਦਾਲ ਰੋਟੀ ਦਾ ਆਸਰਾ ਤਾਂ ਬਣਿਆ ਹੋਇਆ ਸੀ। ਪਰ ਜਦ ਤੋਂ ਪੰਜਾਬ ਉੱਤੇ ਪਾਰਟੀਸ਼ਨ ਦਾ ਦੇਸ਼ ਵਿਆਪੀ ਕੁਹਾੜਾ ਚੱਲਿਆ, ਵਿਚਾਰਾ ਮੀਲਾ RAM ਇਹ ਤੋਂ ਵੀ ਹੱਥ ਤੋਂ ਬੈਠਾ। ਉਹ ਸ਼ਰਨਾਰਥੀ ਨਹੀਂ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਇੱਧਰ ਦਾ ਹੀ ਵਸਨੀਕ ਸੀ। ਪਰ ਮਾੜੇ ਦਿਨਾਂ ਨੇ ਉਹਦੇ ਪਰਿਵਾਰ ਨੂੰ ਸ਼ਰਨਾਰਥੀਆਂ ਤੋਂ ਵੀ ਵੱਧ ਬਣਾ ਦਿੱਤਾ। ਤਬਰ ਖਾਸਾ ਸੀ ਉਹਦੀ ਪਤਨੀ ਤੇ ਉੱਪਰ ਥੱਲੇ ਦੀਆਂ ਚਾਰ ਸੰਤਾਨਾਂ ਕੰਮਕਾਰ ਉਹਦਾ ਨਿਗੂਣਾ ਜਿਆ ਸੀ ਗੁਰਦਾਸਪੁਰ ਦੇ ਇੱਕ ਹਾਈ ਸਕੂਲ ਤੋਂ ਬਾਹਰ ਕਰਕੇ ਇੱਕ ਚਲਾਵੀਂ ਜੀ ਦੁਕਾਨ ਜਿਸ ਵਿੱਚ ਸਸਤੇ ਕਿਸਮ ਦੀ ਥੋੜੀ ਜੀ ਸਟੇਸ਼ਨਰੀ ਤੇ ਕੁਝ ਖਾਣ ਪੀਣ ਵਾਲਾ ਸੌਦਾ ਹੁੰਦਾ ਸੀ ਬਿਸਕਟ ਖੱਟ ਮਿੱਠੀਆਂ ਗੋਲੀਆਂ ਤੇ ਸਕਰੀਨ ਭਰਿਆ ਲੈਮਨ ਸੌਦਾ ਇੱਥੋਂ ਛੁੱਟ ਕੁਲਚੇ ਛੋਲੇ ਵੀ ਜਿਉਂ ਹੀ ਅੱਧੀ ਜਾਂ ਪੂਰੀ ਛੁੱਟੀ ਦੀ ਘੰਟੀ ਵੱਜਦੀ ਕਿ ਮੇਲਾ ਰਾਮ ਦੀ ਦੁਕਾਨ ਅੱਗੇ ਗਾਕਾਂ ਦੀ ਭੀੜ ਲੱਗ ਜਾਂਦੀ ਤੇ ਵੇਖਦੇ ਆਂ ਵੇਖਦੇ ਆਂ ਉਹਦਾ ਗੱਲਾਂ ਪੈਸੇ ਆਣੇ ਆਂ ਦੁਬਾਨੀਆਂ ਨਾਲ ਭਰ ਜਾਂਦਾ ਏਸੇ ਦੀ ਕਿਰਪਾ ਨਾਲ ਉਹਦੇ ਗ੍ਰਸਥ ਦਾ ਗੱਡਾ ਧੁਰਿਆ ਜਾਂਦਾ ਸੀ ਫਿਰ ਜਿਉਂ ਹੀ ਦੇਸ਼ ਦੀ ਵੰਡ ਤੋਂ ਬਾਅਦ ਪਛਮੀ ਪੰਜਾਬ ਤੋਂ ਆਏ ਸ਼ਰਨਾਰਥੀਆਂ ਦੀਆਂ ਚਾਰ ਪੰਜ ਦੁਕਾਨਾਂ ਉਹਦੇ ਸੱਜੇ ਖੱਬੇ ਖੁੱਲ ਗਈਆਂ ਕਿ ਵਿਚਾਰੇ ਦਾ ਠੱਠਾ ਹੀ ਬੈਠਣ ਲੱਗ ਪਿਆ ਪਹਿਲਾਂ ਉਹਨੂੰ ਦੁਕਾਨਦਾਰੀ ਚੋਂ ਧਰਮ ਦੇ ਡਿਊਟੀ ਹੋ ਜਾਇਆ ਵਿੱਚੋਂ ਧਰਮ ਦੇ ਡਿਊਟੀ ਹੋ ਜਾਇਆ ਕਰਦੇ ਸਨ ਖਰੀਦਣ ਵਾਲਾ ਸੀ ਮੰਦਿਰਵਾਦਾ ਜਿੰਨਾ ਕੁਝ ਦੁਕਾਨਦਾਰ ਨੇ ਦਿੱਤਾ ਲੈ ਕੇ ਤੁਰਦੇ ਬਣੇ ਪਰ ਸ਼ਰਨਾਰਥੀ ਦੁਕਾਨਦਾਰਾਂ ਨੇ ਮੇਲਾ ਰਾਮ ਦੀ ਉਹ ਮੌਜ ਨਾ ਰਹਿਣ ਦਿੱਤੀ ਉਹ ਆਨਾਦਵਾਨੀ ਰੁਪਿਆ ਨਫੇ ਉੱਤੇ ਵੀ ਸੌਦਾ ਵੇਚ ਦਿੰਦੇ ਸਨ ਬਲਕਿ ਕਈ ਵਾਰ ਮੇਲਾ ਰਾਮ ਦੇ ਮੁਕਾਬਲੇ 'ਚ ਲਾਗਤ ਦੇ ਭਾਅ ਜੋ ਉਹਨਾਂ ਨੂੰ ਫੇਰ ਵੀ ਪੁੱਗ ਜਾਂਦਾ ਸੀ ਜਦਕਿ ਕਿਸੇ ਨੂੰ ਦੁਕਾਨ ਦਾ ਕਿਰਾਇਆ ਨਹੀਂ ਸੀ ਦੇਣਾ ਪੈਂਦਾ ਜਿੱਥੇ ਵੀ ਕਿਸੇ ਨੂੰ ਥਾਂ ਮਿਲੀ ਖੋਖਾ ਖੜਾ ਕਰਕੇ ਬੈਠ ਗਏ ਇਸ ਤੋਂ ਛੁੱਟ ਕੈਂਪਾਂ 'ਚ ਰਹਿਣ ਕਰਕੇ ਉਹਨਾਂ ਨੂੰ ਰਾਸ਼ਨ ਮੁਫਤ ਮਿਲਦਾ ਸੀ ਕੁਆਟਰਾਂਜਾਂ ਦਾੰਤਮਗੋਂ ਦਾ ਕਿਰਾਇਆ ਵੀ ਨਹੀਂ ਸੀ ਦੇਣਾ ਪੈਂਦਾ ਸੋ ਦੁਕਾਨਦਾਰੀ ਵਿੱਚੋਂ ਜਿੰਨਾ ਕੁਝ ਵੀ ਮਿਲ ਜਾਏ ਉਹਨਾਂ ਦੇ ਭਾਣੇ ਨਫਾਈ ਨਫਾ ਸੀ ਪਰ ਵਿਚਾਰੇ ਮੇਲਾ ਰਾਮ ਨੂੰ ਇਸ ਕਿਸਮ ਦੀ ਕੋਈ ਸਹੂਲਤ ਨਹੀਂ ਸੀ ਉਹਨੇ ਤਾਂ ਦੁਕਾਨਦਾਰੀ ਵਿੱਚੋਂ ਹੀ ਸਾਰੇ ਖਰਚ ਤੋੜਨੇ ਹੁੰਦੇ ਸਨ ਆਪਣੇ ਵੱਲੋਂ ਉਹਨੇ ਗਵਾਂਡੀਆਂ ਨੂੰ ਪੈਰੋਂ ਕੱਢਣ ਲਈ ਘੱਟ ਕੋਸ਼ਿਸ਼ ਨਹੀਂ ਸੀ ਕੀਤੀ ਉਹਨੇ ਵੀ ਸੌਦਾ ਸਸਤਾ ਵੇਚਣਾ ਸ਼ੁਰੂ ਕਰ ਦਿੱਤਾ ਪਰ ਉਹਦਾ ਇਹ ਢੰਗ ਸਫਲ ਨਾ ਹੋ ਸਕਿਆ ਗਵਾਂਡੀਆਂ ਨੇ ਤਾਂ ਕੀ ਹਿੱਲਣਾ ਸੀ ਉਲਟਾ ਉਹਦੇ ਭਾਂਡੇ ਮੁੱਦੇ ਹੋਣ ਲੱਗੇ ਜਦ ਉਸ ਵੇਖਿਆ ਕਿ ਇਸ ਕਲੇ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ ਕਰਾਉਣ ਤੋਂ ਬਿਨਾ ਕੁਝ ਨਹੀਂ ਲੱਭਣਾ ਤਾਂ ਅਜਾਰੇ ਉੱਤੇ ਪੱਥਰ ਢੋਣ ਵਾਲੀ ਇਸ ਦੁਕਾਨਦਾਰੀ ਨੂੰ ਹਣੀ ਤਿਲਾਂਜਲੀ ਦੇ ਦਿੱਤੀ ਇਤਫਾਕ ਨਾਲ ਇੱਕ ਲੋੜਵੰਦ ਸ਼ਰਨਾਰਥੀ ਨੇ 500 ਰੁਪਏ ਪਗੜੀ ਦੇ ਕੇ ਉਹਦੀ ਦੁਕਾਨ ਲੈ ਲਈ ਇੰਜ ਮੇਲਾ RAM ਦੁਕਾਨ ਦਾ ਲਟਾਕਾ ਛੱਡ ਛਿੜਾ ਕੇ ਘਰ ਜਾ ਬੈਠਾ ਪਰ 500 ਦੀ ਰਕਮ ਕੋਈ ਕੰਮ ਤੇ ਹਿੰਤਾ ਨਹੀਂ ਸੀ ਜਿਹੜੀ ਏਕ ਦੇ ਅਨੇਕ ਕਰਦੀ ਚਲੀ ਜਾਂਦੀ ਆਖਰ ਆਖਰ ਤਾਂ ਨੇ ਮੁੱਕਣਾ ਸੀ ਤੇ ਛੇਕੜ ਮੁੱਕੇ ਹੀ ਰਹੀ ਕਾਗਦ ਦੇ ਉਪੰਜੇ ਨੋਟ ਫੜਦੇ ਆਂ ਭੂਤਾਂ ਦੇ ਸੱਤੂ ਬਣ ਗਏ ਇੱਕ ਬੇਰੋਜ਼ਗਾਰੀ ਦੂਜਾ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਇਸ ਉਤੇ ਅੱਧੀ ਦਰਜਨ ਘਰ ਦੇ ਜੀ ਦਿਨ ਰਾਤ ਦੀ ਚਿੰਤਾ ਨੇ ਮੀਲਾ ਰਾਮ ਦੇ ਸਰੀਰ ਨੂੰ ਜਿਹੜਾ ਪਹਿਲਾਂ ਹੀ ਅੜਿਆ ਜੁੜਿਆ ਸੀ ਉਹ ਕਈ ਕਾਨਿਆਂ ਦਾ ਘੋੜਾ ਬਣਾ ਦਿੱਤਾ ਮੀਏ ਦੀ ਦੌੜ ਮਸੀਤ ਤੱਕ ਹੀ ਹੁੰਦੀ ਹੈ ਲਾ ਪਾ ਕੇ ਜੇ ਕੋਈ ਆਸ ਤਾਂ ਟਿਮਕਣਾ ਸੀ ਤਾਂ ਉਹਦਾ ਵੱਡਾ ਮੁੰਡਾ ਜਿਹੜਾ ਪਿਛਲੇ ਕੇ ਪਛਲੇਰੇ ਵਰੇ 10ਵੀਂ ਦੀ ਪੜ੍ਹਾਈ ਮੁਕਾ ਕੇ ਵਿਹਲਾ ਹੋਇਆ ਸੀ ਮਗਰਲੇ 1.5-2 ਸਾਲ ਜੀਨੇ ਨੌਕਰੀ ਦੀ ਭਾਲ ਚ ਖੁੱਚਾਂ ਤੋੜਦੇ ਆ ਗੁਜ਼ਾਰੇ ਸਨ ਪਰ ਨੌਕਰੀ ਸੀ ਕਿ ਕੋਈ ਛਲੇਡਾ ਜਿਉਂ ਜਿਉਂ ਬਿਹਾਰੀ ਲਾਲ ਉਹਦੇ ਮਗਰ ਦੌੜਦਾ ਉਹ ਦੂਰੀ ਦੂਰ ਹੁੰਦੀ ਚਲੀ ਜਾਂਦੀ ਬਿਹਾਰੀ ਲਾਲ ਤੋਂ ਛੋਟੇ ਦੋਵੇਂ ਮੁੰਡੇ 5ਵੀਂ ਤੇ 6ਵੀਂ ਚ ਪੜ੍ਹਦੇ ਸਨ ਤੇ ਉਹਨਾਂ ਤੋਂ ਛੋਟੀ 8 ਵਰਿਆਂ ਦੀ ਕੁੜੀ ਤੀਜੀ ਵਿੱਚ ਦੁਕਾਨ ਛੱਡੀ ਜਾਣ ਤੋਂ ਬਾਅਦ ਸਭਨਾਂ ਦੀ ਪੜ੍ਹਾਈ ਛੁੱਟ ਗਈ ਮੇਲਾ RAM ਨੇ ਬਥੇਰੀ ਕੋਸ਼ਿਸ਼ ਕੀਤੀ ਫੀਸ ਮਾਫ ਕਰਾਉਣ ਦੀ ਪਰ ਉਹ ਤਾਂ ਸ਼ਰਨਾਰਥੀ ਨਹੀਂ ਸੀ ਕਈ ਵਾਰ ਸਿਰ ਧੁੰਦਾ ਹੋਇਆ ਉਹ ਹੌਕਾ ਪਰਦਾ ਕਾਸ਼ ਅਸੀਂ ਵੀ ਸ਼ਰਨਾਰਥੀ ਹੁੰਦੇ ਕਿਸੇ ਭਲੇ ਸਮੇ ਬਿਹਾਰੀ لال ਦੀ ਕੁੜਮਾਈ ਕਖਾਂਦੇ ਪੀਂਦੇ ਘਰਾਣੇ ਵਿੱਚ ਹੋਈ ਸੀ ਜਿਨ੍ਹਾਂ ਵੱਲੋਂ ਘੜੀਮੁੜੀ ਜ਼ੋਰ ਦਿੱਤਾ ਜਾ ਰਿਹਾ ਸੀ ਵਿਆਹ ਲਈ ਤੇ ਹਰ ਵੇਰਾਂ ਇਧਰੋਂ ਕੋਈ ਨਾ ਕੋਈ ਪੱਜ ਪਾ ਕੇ ਵਿਆਹ ਦੇ ਮਾਮਲੇ ਨੂੰ ਲਮਕਾਇਆ ਜਾਂਦਾ ਰਿਹਾ ਛੇਕੜ ਮੇਲਾ RAM ਨੂੰ ਮਨ ਮਾਰ ਕੇ ਹਾਮੀ ਭਰਨੀ ਪਈ ਸ਼ਾਇਦ ਇਹ ਸੋਚ ਕੇ ਕਿ ਜੇ ਰਿਸ਼ਤਾ ਛੁੱਟ ਗਿਆ ਤਾਂ ਜੱਗ ਹਸਾਈ ਵਖਰੀ ਹੋਏਗੀ ਤੇ ਮੁੰਡਾ ਵਖਰਾ ਹਮੇਸ਼ਾ ਲਈ ਚੁੱਲ੍ਹੇ ਦਾ ਮੁੰਨਾ ਬਣ ਕੇ ਰਹਿ ਜਾਏਗਾ। ਨਾ ਮੜੋ ਨੂੰ ਕਿਸੇ ਨੇ ਕੁੜੀ ਦੇਣੀ, ਨਾ ਘਰ ਦਾ ਬੂਹਾ ਖੁੱਲਣਾ। ਇਹਦੇ ਨਾਲ ਇੱਕ ਹੋਰ ਆਸ ਨੇ ਵੀ ਮੇਲਾ ਰਾਮ ਨੂੰ ਇਸ ਕੰਮ ਲਈ ਕੁਝ ਉਤਸ਼ਾਹ ਦਿੱਤਾ। ਉਸ ਸੋਚਿਆ ਕੁੜ ਮਰਜੀ ਪੁੱਜੇ ਨਹੀਂ ਹੋਰ ਨਹੀਂ ਤਾਂ ਦਾਜ ਵਿੱਚ ਜੋ ਕੁਝ ਦੇਣਗੇ ਉਸੇ ਨਾਲ ਔਖੇ ਵਕਤ ਨੂੰ ਠੱਕਾ ਦੇ ਲਵਾਂਗਾ। ਤੇ ਜੇ ਕਿਤੇ ਸਹਰੇ ਦੀ ਸਿਫਾਰਿਸ਼ ਨਾਲ ਮੁੰਡਾ ਕਿਸੇ ਆਰੇ ਲੱਗ ਗਿਆ। ਫਿਰ ਤਾਂ ਨਾਲੇ ਮੁੰਜ ਬਗੜਦਾ ਸੌਦਾ ਨਾਲੇ ਗੰਗਾ ਦਾ ਇਸ਼ਨਾਨ ਵਾਲੀ ਗੱਲ ਹੋਏਗੀ ਸੋ ਇਹ ਸਭ ਸੋਚ ਵਿਚਾਰ ਕੇ ਉਹਨੇ ਵਿਆਹ ਦਾ ਮਹੂਰਤ ਕਢਾਈ ਦਿੱਤਾ ਮੇਲਾ RAM ਨੂੰ ਕੁਝ ਕਰਜ਼ ਵੀ ਚੁਕਣਾ ਪਿਆ ਮਜਬੂਰੀ ਸੀ ਕਰਜ਼ ਚੁੱਕੇ ਬਿਨਾਂ ਕਿਵੇਂ ਸਰਦਾ ਬਰਾਦਰੀ ਭਾਈਚਾਰੇ ਦਾ ਮਾਮਲਾ ਸੀ ਕੀ ਕਰਜ਼ ਦੇ ਡਰੋਂ ਗਿੱਠ ਲੰਮਾ ਨੱਕ ਵਡਾ ਬੈਂਦਾ ਕਰਜ਼ ਦਾ ਸਮਾਪਾ ਕੇ ਲਾਤੀ ਜਾਏਗਾ ਪਰ ਵੱਡਿਆ ਹੋਇਆ ਨੱਕ ਤਾਂ 100 ਜਨਮਾਂ ਤੱਕ ਵੀ ਮੁੜ ਕਦੀ ਨਹੀਂ ਜੁੜ ਸਕਣਾ ਵਿਆਹ ਦਾ ਦਿਨ ਆਇਆ ਮੇਲਾ RAM ਦੇ ਪਰਿਵਾਰ ਚ ਇੱਕ ਹੋਰ ਜੀ ਦਾ ਵਾਧਾ ਕਰਕੇ ਚਲਾ ਗਿਆ। ਵੱਟੀ ਸੋਨੀ ਸੁਨਖੀ ਆਈ ਤੇ ਆਪਣੇ ਪਤੀ ਨਾਲੋਂ ਕੁਝ ਵੱਧ ਹੀ ਪੜੀ ਹੋਈ। ਨਾਲੇ ਘਰ ਦੇ ਕੰਮ ਕਾਜ ਵੱਜੋਂ ਗੁਣਾਂ ਦੀ ਗੁੱਥਲੀ। ਪਰ ਸੁਸ਼ਮਾ ਦੇ ਸਾਰੇ ਗੁਣਾਂ ਨੂੰ ਵੱਡੇ ਸਾਰੇ ਇੱਕੋ ਭੈੜ ਨੇ ਮੂੰਹ ਦਾ ਟੋਕਰਾ ਬਣ ਕੇ ਟੱਕ ਦਿੱਤਾ। ਉਹ ਦਾਜ ਥੋੜਾ ਲਈ ਸੀ। ਦੂਜਾ ਮੇਲਾ RAM ਦੀ ਆਸ ਵੀ ਧੂਏ ਦਾ ਬਦਲ ਬਣ ਕੇ ਉੱਡ ਗਈ। ਜਿਹੜਾ ਬੰਨੀ ਬੈਠਾ ਸੀ ਵੀ ਸੋਹਰੇ ਦੀ ਮਦਦ ਨਾਲ ਬਿਹਾਰੀ ਨੂੰ ਨੌਕਰੀ ਮਿਲ ਜਾਏਗੀ। ਬਿਹਾਰੀ ਦਾ ਸਾਰਾ ਸਰਕਾਰੀ ਪੈਨਸ਼ਨਰ ਹੁੰਦਾ ਹੋਇਆ ਵੀ اصولਪਰਸਤ ਆਦਮੀ ਸੀ ਕਿਸੇ ਕਿਸਮ ਦੀ ਵੀ ਸਿਫਾਰਿਸ਼ ਜਾਂ ਰਿਸ਼ਵਤ ਦੀ ਆਦਤ ਤੋਂ ਖਾਂ ਦੂਰ ਦੁੱਖ ਮੁਸੀਬਤ ਵੇਲੇ ਚੰਗੇ ਭਲੇ ਆਦਮੀ ਦੇ ਸੁਭਾਅ ਵਿੱਚ ਵੀ ਕੁੜੱਤਣ ਆ ਜਾਇਆ ਕਰਦੀ ਹੈ ਮੇਲਾ ਰਾਮ ਤਜਮੰਦਰੂ ਤੌਰ ਤੇ ਗੁੱਸਹਿਲਾ ਸੀ ਇੱਕ ਪਾਸੇ ਜਿਪਿਓ ਆਪਣੇ ਨਖੱਟੂ ਪੁੱਤਰ ਨੂੰ ਹਰ ਵੇਲੇ ਵੱਡੂ ਖਾਉਂ ਕਰਦਾ ਰਹਿੰਦਾ ਦੂਜੇ ਪਾਸੇ ਸੱਸ ਦਾ ਨਜ਼ਲਾ ਨੂ ਤੇ ਝੜਦਾ ਜਿਨੇ ਉਹਦੇ ਖਿਆਲ ਵਿੱਚ ਆਉਂਦਿਆਂ ਹੀ ਘਰ ਦੀ ਇੱਟ ਨਾਲ ਇੱਟ ਵਜਾ ਦਿੰਦੀ ਸੀ ਪਰ ਨੂੰ ਸੱਸ ਦਾ ਝਗੜਾ ਬਹੁਤੀ ਲੰਮਿਆਈ ਇਸ ਕਰਕੇ ਨਹੀਂ ਸੀ ਫੜਦਾ ਕਿ ਸੁਸ਼ਮਾ ਗੁੰਡੜਵੱਟੀ ਰੱਖਦੀ ਪਰ ਪਿਉ ਪੁੱਤਰ ਵਿਚਾਲੇ ਜਦੋਂ ਬੋਲ ਕਬੋਲ ਸ਼ੁਰੂ ਹੁੰਦਾ ਤਾਂ ਸੱਪ ਤੇ ਨਿਉਲੇ ਦੀ ਲੜਾਈ ਨੂੰ ਮਾਤ ਪਾ ਦਿੰਦਾ ਬਿਹਾਰੀ لال ਨੇ ਆਪਣੇ ਵੱਲੋਂ ਕੁਝ ਘੱਟ ਭੱਜ ਦੌੜ ਨਹੀਂ ਸੀ ਕੀਤੀ ਨੌਕਰੀ ਲਈ ਪਰ ਉਹ ਪਤਾ ਨਹੀਂ ਕਿਹੋ ਜਿਹਾ ਕਿਸਮਤ ਦਾ ਬਲੀ ਸੀ ਕਿ ਹਰ ਇੱਕ ਦਾ ਉੱਤੇ ਤਿੰਨ ਕਾਣੇ ਉਹਦੇ ਵੱਲੇ ਪੈਂਦੇ ਛੇਕੜ ਤੰਗ ਆ ਕੇ ਉਹਨੇ ਦਿਲ ਨਾਲ ਇਥੋਂ ਤੱਕ ਠਾਣ ਲਈ ਕਿ ਨੌਕਰੀ ਦੀ ਥਾਂ ਟੋਕਰੀ ਕਿਉਂ ਨਾ ਢੋਣੀ ਪਏ। ਉਹ 60 ਪੈਰੀ ਕਲਾ ਤੋਂ ਜ਼ਰੂਰ ਜਿੰਦ ਛੁੜਾਏਗਾ। ਆਪਣੇ ਨਾਲੋਂ ਵੀ ਬਹੁਤਾ ਹਰਖ ਉਹਨੂੰ ਵਿਚਾਰੀ ਸੁਸ਼ਮੰਦਾ ਸੀ ਜਿਹੜੀ ਹਰ ਵੇਲੇ ਸਸਦੀਆਂ ਤੁਖਣੀਆਂ ਦਾ ਸ਼ਿਕਾਰ ਬਣੀ ਰਹਿੰਦੀ ਸੀ। ਉਹਨੇ ਦਿਨੇ ਪੰਜਾਬ ਨਾਲ ਲੱਗਦੇ ਪਹਾੜੀ ਇਲਾਕਿਆਂ 'ਚ ਡਿਸਟ੍ਰਿਕਟ ਬੋਰਡਾਂ ਵੱਲੋਂ ਪ੍ਰਾਇਮਰੀ ਸਕੂਲ ਖੋਲੇ ਜਾ ਰਹੇ ਸਨ ਜਿਨ੍ਹਾਂ ਲਈ ਲੋੜ ਤਾਂ ਸੀ ਜੇ ਵੀ ਜਾਂ ਜੇ ਬੀਟੀਟੀ ਟੀਚਰਾਂ ਦੀ ਪਰ ਟ੍ਰੇਨ ਟੀਚਰਾਂ ਦੀ ਥੋੜ੍ਹਾ ਹੋਣ ਕਰਕੇ ਮੇਰੇ ਮੈਟ੍ਰਿਕ ਪਾਸ ਨੂੰ ਵੀ ਟੈਂਪਰੇਰੀ ਤੌਰ ਤੇ ਲੈ ਲਿਆ ਜਾਂਦਾ ਸੀ ਜਿਨਾਂ ਲਈ ਸ਼ਰਤ ਸੀ ਕਿ ਲੰਮੀਆਂ ਛੁੱਟੀਆਂ ਦੇ ਦਿਨੀ ਉਹ ਕਿਸੇ ਟ੍ਰੇਨਿੰਗ ਸੈਂਟਰ 'ਚ ਪੜ੍ਹਾਈ ਕਰਕੇ ਜਦੋਂ ਟ੍ਰੇਨਡ ਹੋ ਜਾਣਗੇ ਤਾਂ ਉਹਨਾਂ ਨੂੰ ਪਰਮਾਨੈਂਟ ਕਰ ਦਿੱਤਾ ਜਾਏਗਾ ਜਿਸ ਦਾ ਅਰਥ ਸੀ ਟੀਚਰ ਦੀ ਤਨਖਾਹ 60 ਰੁਪਏ ਤੋਂ ਵਧ ਕੇ 90 ਹੋ ਜਾਣੀ ਤੇ ਇਸ ਅਸਾਮੀ ਲਈ ਬਿਹਾਰੀ ਲਾਲ ਇੰਟਰਵਿਊ ਤੇ ਪਾਸ ਹੋ ਗਿਆ ਨੌਕਰੀ ਭਾਵੇਂ ਬਿਹਾਰੀ ਲਾਲ ਨੂੰ ਕੁੱਲ 60 ਰੁਪਏ ਦੀ ਮਿਲੀ ਸੋ ਵੀ ਪਹਾੜੀ ਇਲਾਕੇ 'ਚ ਪਰ ਉਹ ਇੰਨੇ ਚ ਖੁਸ਼ ਸੀ ਉਹ ਸੋਚਿਆ ਕਿ ਇੱਕ ਤਾਂ ਘਰ ਵਿੱਚਲੀ ਖਟਪਟੀ ਦੂਰ ਹੋਏਗੀ ਜਦੋਂ ਪਤਨੀ ਨੂੰ ਨਾਲ ਲੈ ਜਾਏਗਾ ਤੇ ਦੂਜਾ ਉਸ ਲਈ ਆ ਗਾਂ ਤਰੱਕੀ ਕਰਨ ਦਾ ਵੀ ਮੌਕਾ ਹੈ ਸੀ ਸੁਸ਼ਮਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦੋਂ ਨੂੰ ਪਤਾ ਲੱਗਾ ਕਿ ਉਹ ਛੇਤੀ ਆਪਣੇ ਪਤੀ ਨਾਲ ਦਲਹੋਜ਼ੀ ਜਾ ਰਹੀ ਹੈ ਜਿੱਥੇ ਲੋਕੀ ਉੱਚੇ-ਚੇੇ ਤੌਰ ਤੇ ਸੈਂਕੜੇ ਰੁਪਏ ਖਰਚ ਕਰਕੇ ਜਾਇਆ ਕਰਦੇ ਨੇ ਇਸ ਮੌਸਮ ਵਿੱਚ ਜਦੋਂ ਮੈਦਾਨੀ ਇਲਾਕੇ ਵਿੱਚ ਗਰਮੀ ਦੇ ਮਾਰੇ ਕਾਂਦੀ ਅੱਖ ਨਿਕਲਦੀ ਹੈ ਅੰਗ ਤੀਸਰਾ ਮਹਿਕਮਾ ਜੰਗਲਾਤ ਵਿੱਚ ਇੱਕ ਚੰਗੇ ਅਹੁਦੇ ਤੇ ਸੀ ਮਲਿਕ ਕਾਂਸ਼ੀ ਰਾਮ ਤਨਖਾਹ ਖਾਸੀ ਸੀ ਨਾਲੇ ਮਾਪਿਆਂ ਦੇ ਵਿਰਸੇ ਦਾ ਇਕਲੌਤਾ ਵਾਰਿਸ ਹੋਣ ਕਰਕੇ ਘਰ ਚ ਚਿੜੀਆਂ ਦੇ ਦੁੱਧ ਤੋਂ ਬਿਨਾਂ ਕਿਸੇ ਚੀਜ਼ ਦੀ ਅਣਹੋਂਦ ਨਹੀਂ ਸੀ ਪਤਨੀ ਵੀ ਬੜੀ ਨੇਕ ਜੁੜੀ ਸੀ ਧਾਰਮਿਕ ਰੁਚੀਆਂ ਵਾਲੀ ਹੋਰ ਸਭ ਕੁਝ ਪ੍ਰਾਪਤ ਸੀ ਪਰ ਜੇ ਕਿਸੇ ਚੀਜ਼ ਦੀ ਕਮੀ ਰਹਿ ਗਈ ਸੀ ਤਾਂ ਸੰਤਾਨ ਦੀ। ਸਾਲਾਂ ਦੇ ਸਾਲ ਬੀਤਦੇ ਚਲੇ ਗਏ ਪਰ RAM ਦੁਲਾਰੀ ਦੀ ਗੋਦ ਹਰੀ ਨਾ ਹੋਈ। ਛੇਕੜ ਬਾਰੀਵਰੀ ਰੂੜੀ ਦੀ ਸੁਣੀ ਗਈ ਜਦ RAM ਦੁਲਾਰੀ ਨੇ ਇੱਕ ਕੰਨਿਆ ਨੂੰ ਜਨਮ ਦਿੱਤਾ। ਕੌਣ ਜਾਣਦਾ ਹੈ ਕਿ ਕਿੱਥੇ ਜਾ ਕੇ ਸੁਭਾਗ ਤੇ ਦੁਰਭਾਗ ਦੀ ਟੱਕਰ ਹੋ ਜਾਂਦੀ ਹੈ। ਜਿੱਥੇ ਪੁੱਜ ਕੇ ਹਥਲੀ ਉੱਪਰ ਹੁੰਦਿਆਂ ਕੁਝ ਵੀ ਚਿਰ ਨਹੀਂ ਲੱਗਦਾ। ਮਾਂ ਦੀਆਂ ਚਿਰ ਸਿੱਕਦੀਆਂ ਅੱਖਾਂ ਨੇ ਰੱਜ ਕੇ ਬੱਚੀ ਦਾ ਮੂੰਹ ਵੀ ਨਹੀਂ ਸੀ ਵੇਖਿਆ। ਕਿ ਉਹਨੂੰ ਮੌਤ ਦਾ ਸੱਦਾ ਆ ਗਿਆ। ਵਿਚਾਰਾ ਕਾਸ਼ੀਰਾਮ ਸਿਰ ਫੜ ਕੇ ਬੈਠ ਗਿਆ। ਦੁੱਧ ਚੁੰਗਦੀ ਬੱਚੀ ਦਾ ਕੀ ਕਰੇ? ਸਾਕਾਂ ਸੰਬੰਧੀਆਂ ਵਿੱਚ ਵੀ ਤਾਂ ਐਸਾ ਦਰਦ ਹੀ ਕੋਈ ਨਹੀਂ ਸੀ ਜਿਹੜਾ ਇਸ ਬੋਝ ਨੂੰ ਚੁੱਕ ਲੈਂਦਾ। ਫਿਰ ਕੀ ਉਹ ਆਪਣੀ ਮੋਹ ਮਮਤਾ ਦੀ ਪੂੰਜੀ ਨੂੰ ਨੌਕਰਾਂ ਦੇ ਆਸਰੇ ਛੱਡ ਦਿੰਦਾ? ਬਹੁਤ ਸੋਚ ਵਿਚਾਰ ਤੋਂ ਬਾਅਦ ਛੇਕੜ ਮਲਕ ਜੀ ਨੇ ਇੱਕ ਨਵੀਂ ਦੁਲਨ ਲੈ ਆਂਦੀ। ਨਿਹਰਾ ਬੱਚੀ ਨੂੰ ਸੰਭਾਲਣ ਦਾ ਸਵਾਲ ਹੀ ਨਹੀਂ। ਹਨੇਰੇ ਸੁੰਨੇ ਘਰ ਚ ਉਜਿਆਲਾ ਕਰਨ ਵਾਲਾ ਕੋਈ ਕੁੱਲ ਦੀਪਕ ਵਿਤਾ ਲੁੜਿੰਦਾ ਸੀ ਸੰਭਵ ਹੈ ਕਿ ਮਲਕੋਰਾ ਸੋਚਿਆ ਹੋਵੇ ਕਿ ਦੂਜੀ ਪਤਨੀ ਵੀ ਰਾਮ ਦੁਲਾਰੀ ਵਰਗੀ ਹੋਏਗੀ ਪਰ ਪੰਜੇ ਉਂਗਲਾਂ ਤਾਂ ਇੱਕੋ ਜੀਆਂ ਨਹੀਂ ਹੋਇਆ ਕਰਦੀਆਂ ਸ਼ੁਰੂ-ਸ਼ੁਰੂ ਵਿੱਚ ਤਾਂ ਰਾਜੇਸ਼ਵਰੀ ਦਾ ਵਰਤਾਓ ਮੁੰਨੀ ਨਾਲ ਚੰਗਾ ਰਿਹਾ ਪਰ ਜਿਉਂ ਹੀ ਉਹਦੀ ਕੁੱਖੋਂ ਇੱਕ ਰਤਨ ਪ੍ਰਗਟਿਆ ਕਿ ਵਿਚਾਰੀ ਸੁਸ਼ਮਾ ਨੂੰ ਕੂੜਾ ਕਰਕਟ ਸਮਝ ਕੇ ਘਰ ਦੀ ਇੱਕ ਨੁਕਰੇ ਸੁੱਟ ਦਿੱਤਾ ਮਲਕ ਜੀ ਨੇ ਪਹਿਲੀ ਤੇ ਇਸ ਨਵੀਂ ਪਤਨੀ 'ਚ ਜ਼ਮੀਨ ਅਸਮਾਨ ਦਾ ਫਰਕ ਤੱਕਿਆ ਰਾਜੇਸ਼ਵਰੀ ਅਤ ਦਰਜੇ ਦੇ ਮੂੰਹ ਫੱਟ ਤੇ ਕਲੇਣੀ ਨਿਕਲੀ ਭੁੱਲੇ ਚੁੱਕੇ ਵੀ ਜੇ ਕਦੀ ਮਲਕ ਹੋਰਾਂ ਦੇ ਮੂੰਹੋਂ ਪਹਿਲੀ ਪਤਨੀ ਬਾਰੇ ਕੋਈ ਛਲਕਾਦਰ ਸ਼ਬਦ ਨਿਕਲ ਜਾਂਦਾ ਤਾਂ ਰਾਜੇਸ਼ਵਰੀ ਸਿਰ ਦੇ ਵਾਲਾਂ ਨੂੰ ਆਉਂਦੇ ਸੁਭਾਵਕ ਤੌਰ ਤੇ ਸਨਿਮਰ ਹੋਣ ਕਰਕੇ ਮਲਕ ਜੀ ਦੰਦਾ ਹੇਠ ਜੀਬ ਲੈ ਕੇ ਕੱਛੂ ਵਾਂਗ ਆਪਣੇ ਸਿਰ ਨੂੰ ਪਿੰਡੇ 'ਚ ਲੁਕਾ ਲੈਂਦੇ ਤੇ ਜਦੋਂ ਰਾਜੇਸ਼ਵਰੀ ਉਹਨਾਂ ਉੱਤੇ ਅਗਨ ਬਾਣ ਚਲਾਉਣੇ ਸ਼ੁਰੂ ਕਰਦੀ ਅੰਦਰੇ ਅੰਦਰੋਂ ਆਪਣੀ ਬਦਕਿਸਮਤੀ ਤੇ ਮੂਰਖਤਾ ਨੂੰ ਕੋਸਦਾ ਜਿਉਂ-ਜਿਉਂ ਮਾ ਮੈਟਰ ਸੁਸ਼ਮਾ ਉੱਤੇ ਰਾਜੇਸ਼ਵਰੀ ਦਾ ਅਤਿਆਚਾਰ ਵੱਧਾ ਗਿਆ ਦੰਪਤੀ ਦੇ ਦਿਲ ਇੱਕ ਦੂਜੇ ਤੋਂ ਦੂਰ ਹੁੰਦੇ ਗਏ ਇਸੇ ਕਲਾ ਕਲੇਸ਼ ਦੇ ਵਾਤਾਵਰਣ ਚ ਸੁਸ਼ਮਾ ਪਰਵਾਨ ਚੜੀ ਤੇ ਛੇੜੋ ਦੀ ਉਮਰ ਉਸ ਠਿਕਾਣੇ ਆ ਪਹੁੰਚੀ ਜਿੱਥੇ ਪਹੁੰਚ ਕੇ ਸਾਡੇ ਦੇਸ਼ ਦੀਆਂ ਕੁੜੀਆਂ ਮਾਪਿਆਂ ਲਈ ਚਿੰਤਾ ਦਾ ਕਾਰਨ ਬਣ ਜਾਇਆ ਕਰਦੀਆਂ ਨੇ ਪਰ ਜਵਾਨੀ ਦੀ ਉਮਰੇ ਤਾਂ ਤੀਕ ਰਾਜੇਸ਼ਵਰੀ ਦੋ ਪੁੱਤਰਾਂ ਤੇ ਇੱਕ ਧੀ ਦੀ ਮਾਂ ਬਣ ਚੁੱਕੀ ਸੀ ਇਧਰ ਮਲਕੋਰੀ ਰਿਟਾਇਰ ਹੋਣ ਤੋਂ ਬਾਅਦ ਘਰ ਜੋਗੀ ਰਹਿ ਗਏ ਸਨ ਤੇ ਉਹਨਾਂ ਦੀ ਹਰ ਵੇਲੇ ਘਰ 'ਚ ਮੌਜੂਦਗੀ ਨੇ પતિ-ਪਤਨੀ ਵਿਚਲੀ ਖਾਈ ਨੂੰ ਹੋਰ ਚੌੜਿਆਂ ਕਰ ਦਿੱਤਾ। ਸੁਸ਼ਮਾ ਨੂੰ ਮੰਗਣ ਪਰਣਾਉਣ ਦਾ ਪ੍ਰਸ਼ਨ ਉੱਠਣਾ ਸੁਭਾਵਕ ਸੀ ਜਦਕਿ ਇਸ ਵੇਲੇ ਤੱਕ ਉਹ ਹਾਈ ਸਕੂਲ ਦੀ ਪੜ੍ਹਾਈ ਖਤਮ ਕਰ ਚੁੱਕੀ ਸੀ। ਮਲਿਕ ਜੀ ਆਪਣੀ ਜਮੰਦਰੂ ਦੁਖੀ ਬੱਚੀ ਲਈ ਹਰ ਵੇਲੇ ਚਿੰਤਾਤੁਰ ਰਹਿੰਦੇ। ਅੰਦਰੇ-ਅੰਦਰ ਕਿਸੇ ਸੁਪਾਤਰ ਦੀ ਭਾਲ 'ਚ ਤੁਰੇ ਫਿਰਦੇ। ਕੋਈ ਕਦਰਦਾਨ ਮੁੰਡਾ ਲੱਭ ਪਵੇ। ਜਿਹਦੇ ਲੜ ਲਾ ਕੇ ਸੁਸ਼ਮਾ ਜਿਨੇ ਕਵਾਰ ਪੁਨੇ ਦੇ ਜੀਵਨ ਚ ਕਦੇ ਵੀ ਕੋਈ ਸੁੱਖ ਦੀ ਘੜੀ ਨਹੀਂ ਸੀ ਮਾਣੀ ਸੌਰੀ ਜਾ ਕੇ ਤਾ ਵਿਚਾਰੀ ਚੈਨ ਦਾ ਸਾਹ ਲੈ ਸਕੇ ਸਮਾਜ ਦੀ ਵਿਗੜੀ ਹੋਈ ਪ੍ਰਥਾ ਅਨੁਸਾਰ ਉਹ ਜਾਣਦੇ ਸਨ ਕਿ ਚੰਗੇ ਸਯੋਗ ਮੁੰਡੇ ਕੰਟਰੋਲ ਰੇਟ ਤੇ ਨਹੀਂ ਸਗੋਂ ਬਲੈਕ ਚ ਵਿਕਦੇ ਐ ਓਨੀ ਕੀਮਤ ਤਾਂ ਉਹਨਾਂ ਦੇ ਪਾਸ ਹੈ ਨਹੀਂ ਸੀ ਤੇ ਜੇ ਹੈ ਵੀ ਸੀ ਤਾਂ ਕਿਸੇ ਹੋਰ ਦੇ ਕਬਜ਼ੇ ਚ ਇਹੋ ਹੀ ਵਜ੍ਹਾ ਸੀ ਕਿ ਜਦੋਂ ਵੀ ਘਰ ਚ ਸੁਸ਼ਮਾ ਦੇ ਵਿਆਹ ਬਾਰੇ ਜ਼ਿਕਰ ਚੱਲਦਾ ਕਿ ਰਾਜੇਸ਼ਵਰੀ ਸੇਲੀ ਤੋਂ ਸੱਪ ਬਣ ਜਾਂਦੀ ਸੀ ਤਾਂ ਫਿਰ ਤੂੰ ਕੀ ਚਾਹਨੀ ਹੈ ਕਈ ਵੇਰਾਂ ਛਿੱਥੇ ਪੈ ਕੇ ਪਤਨੀ ਦੇ ਉੱਤਰ ਚ ਕਹਿ ਦਿੰਦੇ ਕਿ ਉਹਨੂੰ ਚੁੱਕ ਕੇ ਰੂੜੀ ਤੇ ਸੁੱਟਦੇ ਆ ਜਿਹਦਾ ਘੜਿਆ ਘੜਾਇਆ ਜਵਾਬ ਮਿਲਦਾ ਉਹਨਾਂ ਨੂੰ ਕੌਣ ਕਹਿੰਦਾ ਰੂੜੀ ਤੇ ਸੁੱਟੋ ਸੂ ਜਿੰਨਾ ਕੁ ਜੋਦੇ ਹਿੱਸੇ ਆਉਂਦਾ ਜਮ ਜਮ ਦੇ ਉਸੂ ਮੈਂ ਹੱਥ ਰੋਕਾਂ ਤਾਂ ਕਹਿਣਾ ਤੇ ਫਿਰ ਜਦੋਂ ਇਸ ਹਿੱਸੇ ਵਾਲੇ ਮਸਬੂਤ ਉਤੇ ਵਾਦ ਵਿਵਾਦ ਸ਼ੁਰੂ ਹੁੰਦਾ ਤਾਂ ਰਾਜੇਸ਼ਵਰੀ ਦੀ ਦਹਾੜ ਅੰਗਵਾੜ ਤੱਕ ਸੁਣਾਈ ਦੇਣ ਲੱਗਦੇ ਜਿਸ ਤੋਂ ਮਾਲਿਕ ਜੀ ਦੜਵੱਟ ਦਿਹਾੜੇ ਘਟ ਦਾ ਮੰਤਰ ਰਟਦੀ ਹੋਏ ਉੱਠ ਕੇ ਬਾਹਰ ਨਿਕਲ ਜਾਂਦੀ। ਸੁਸ਼ਮਾ ਨਿੱਕੇ ਹੁੰਦੇ ਤੋਂ ਹੀ ਮਾ ਪਿਓ ਦੀਆਂ ਛੜਪਾਂ ਵੇਖਦੀ ਚਲੀ ਆਈ ਸੀ। ਸਭ ਕੁਝ ਜਾਣ ਦੀ ਬੁੱਝਦੀ ਹੋਈ ਵੀ ਨਿਰਵਿਕਾਰ ਭਾਵ ਨਾਲ ਅੱਖਾਂ ਤੇ ਕੰਨਾਂ ਨੂੰ ਬੰਦ ਕਰੀ ਰੱਖਦੀ। ਫਿਰ ਵੀ ਕਦੀ ਕਦੀ ਆਪਣੇ ਪਿਓ ਦੀ ਮਾਨਸਿਕ ਹਾਲਤ ਤੱਕ ਕੇ ਅੰਦਰੇ ਅੰਦਰ ਉਹਦਾ ਦਿਲ ਸਿਸਕਉਂਦਾ। ਜਿਸ ਬੰਦੇ ਨੂੰ ਘਰ ਅੰਦਰ ਸੁੱਖ ਨਾ ਮਿਲੇ ਉਹ ਬਾਹਰ ਵੱਲ ਭੱਜਦਾ ਹੈ। ਤਾਂ ਜੋ ਕਿਤੋਂ ਸੁੱਖ ਦਾ ਭੋਰਾ ਉਹਨੂੰ ਲੱਭ ਸਕੇ ਪਰ ਸੁਸ਼ਮਾ ਨੂੰ ਇਸ ਭੋਰੇ ਦੀ ਭਾਲ ਲਈ ਕਿਤੇ ਵੀ ਕਦੀ ਵੀ ਬਾਹਰ ਚਾਕਣ ਦੀ ਲੋੜ ਨਹੀਂ ਪਈ ਸੰਯੋਗ ਵਸ ਘਰ ਅੰਦਰ ਹੀ ਉਸ ਲਈ ਇੱਕ ਐਸਾ ਠੰਮਣਾ ਮੌਜੂਦ ਸੀ ਜਿਹੜਾ ਸਦਾ ਹੀ ਉਹਨੂੰ ਨਿਰਾਸ਼ਾ 'ਚ ਡਿੱਗਣ ਤੋਂ ਬਚਾਈ ਰੱਖਦਾ ਸੀ ਜਿਹਨੂੰ ਆਪਣੀ ਸੁਭਾਗ ਦਾ ਚਿੰਨ੍ਹ ਖਿਆਲ ਕਰਕੇ ਗੱਲ ਨਾਲ ਲਈ ਚਲੀ ਆ ਰਹੀ ਸੀ ਏਸੀ ਸਟੋਰ ਵਾਲੇ ਕਮਰੇ 'ਚ ਜਿੱਥੇ ਘਰ ਦਾ ਰੱਦੀ ਖਦੀ ਸਮਾਨ ਪਿਆ ਰਹਿੰਦਾ ਸੀ ਇੱਕ ਕਲਮਾਰੀ ਜਿਸ 'ਚ ਬਹੁਤ ਸਾਰੀਆਂ ਕਿਤਾਬਾਂ ਦਾ ਜ਼ਖੀਰਾ ਭਰਿਆ ਸੀ ਉਹਦੀ ਸਵਰਗਵਾਸਣੀ ਮਾਂ ਦਾ ਜੀਵਨ ਸਰਮਾਇਆ ਜਿਸ ਬਾਰੇ ਸੁਸ਼ਮਨ ਨਿੱਕੇ ਹੁੰਦੇ ਤੋਂ ਹੀ ਆਪਣੇ ਪਿਓ ਦੀ ਜ਼ੁਬਾਨੀ ਬਹੁਤ ਕੁਝ ਸੁਣਦੀ ਆਈ ਸੀ ਸੁਸ਼ੀਕੀ ਤੈਨੂੰ ਦੱਸਾਂ ਉਹਦੀਆਂ ਗੱਲਾਂ ਕਿਤਾਬਾਂ ਪੜ੍ਹਨ ਦਾ ਤਾਂ ਜਿਵੇਂ ਖਬਤ ਸੀ ਉਹਨੂੰ ਤੇ ਜੇ ਮੈਂ ਸਮਝਦਾ ਏਸੇ ਖਬਤ ਨੇ ਉਹਨੂੰ ਆਚਰਣ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਸੀ ਉਸੇ ਨੂੰ ਹੀ ਨਹੀਂ ਉਹਦੇ ਨਾਲ ਮੈਨੂੰ ਵੀ ਕਿਹੜਾ ਐਫਸੀ ਜਿਹੜਾ ਨਹੀਂ ਸੀ ਮੇਰੇ ਵਿੱਚ ਪੱਕਾ ਗੁਨਾਹਗਾਰ ਜਿਹਨੂੰ ਕਹਿੰਦੇ ਨੇ ਉਹ ਸੀ ਮੈਂ ਰਿਸ਼ਵਤ ਦਾ ਖੁੱਲਾ ਪੈਸਾ ਜਿੱਦੀ ਜੀਪ ਚ ਪੈਂਦਾ ਹੋਵੇ ਉਹ ਐ ਐ ਵੀ ਨਹੀਂ ਤਾਂ ਹੋਰ ਕੀ ਬਣੇਗਾ ਪਰਸ਼ਕੇ ਆਖ ਉਸ ਭਲੀ ਲੋਕ ਨੂੰ ਕਿ ਨੱਕ ਚ ਜਿਵੇਂ ਕੋਈ ਨਕੀਲ ਪਾ ਦਿੰਦਾ ਨਹੀਂ ਤਾਂ ਮੇਰੇ ਵਰਗਾ ਆਮੋੜ ਬੰਦਾ ਕਦੀ ਸੁਧਰਦਾ ਸੁਸ਼ਮਨ ਜਿਉਂ ਜਿਉਂ ਸਿਆਣੀ ਹੁੰਦੀ ਗਈ ਅਲਮਾਰੀ ਵੱਲ ਤਿਉਂ ਤਿਉਂ ਦਾ ਝੁਕਾਵ ਵਧਦਾ ਗਿਆ ਜੋ ਵਾਧਿਆਂ ਵਾਧਿਆਂ ਉਹਦੀ ਜ਼ਿੰਦਗੀ ਦਾ ਨਾ ਕੇਵਲ ਸਹਾਰਾ ਬਣ ਗਈ ਬਲਕਿ ਪੱਥ ਪ੍ਰਦਰਸ਼ਕ ਵੀ ਪਹਿਲੇ ਪਹਿਲੇ ਹਾਲਸੀ ਕਿ ਜਦੋਂ ਵੀ ਇਹਦਾ ਦਿਲ ਦੁਖੀ ਹੁੰਦਾ ਅਲਮਾਰੀ ਚੋਂ ਇੱਕ ਕੱਦ ਕਿਤਾਬ ਕੱਢ ਕੇ ਪੜ੍ਹਨੀ ਸ਼ੁਰੂ ਕਰ ਦਿੰਦੀ ਜਿਸ ਨਾਲ ਉਹਦੇ ਦਿਲ ਦੀਆਂ ਚੀਜ਼ਾਂ ਸ਼ਾਂਤ ਹੋ ਜਾਇਆ ਕਰਦੀਆਂ ਹੋਰ ਕੁਝ ਛਿਰ ਬਾਅਦ ਇਸ ਪਾਠ ਪठन ਦਾ ਸਦਕਾ ਸੁਸ਼ਮਾ ਦੀ ਆਤਮਾ ਹੋਰ ਵੀ ਬਲਵਾਨ ਹੋ ਗਈ ਜਿਸ ਤੇ ਸੰਪਰਕ ਵਿੱਚ ਆ ਕੇ ਸੁਸ਼ਮਾ ਏਡੀ ਗਲ ਕੋਟੂ ਵਾਤਾਵਰਣ ਚ ਵੀ ਜਿਉਂਦੀ ਰਹਿ ਸਕੇ ਨਹੀਂ ਤਾਂ ਕੋਈ ਅਚੰਭਾ ਨਹੀਂ ਸੀ ਜੋ ਕਿਸੇ ਦਿਨਾਤ ਮਹੱਤਿਆਈ ਕਰ ਬੈਠਦੀ ਛੇਕੜ ਮਲਿਕ ਹੋਰ ਸੁਸ਼ਮਾ ਲੀਕਸ ਲੜਕਾ ਢੂੰਢੀ ਕੱਢਿਆ ਜਿਹੜਾ ਰੱਜੀ ਪੁੱਜੇ ਘਰ ਦਾ ਤਾਂ ਨਹੀਂ ਸੀ ਪਰ ਹੋਰ ਸਭਨਾ ਪੱਖਾਂ ਤੋਂ ਮਨ ਮੁਤਾਬਕ ਸੀ ਖੂਬ ਸੋਹਣਾ ਸੁਨੱਖਾ ਤੇ ਰਿਸ਼ਟਪੋਸ਼ਟ ਸੁਸ਼ਮਾ ਦੇ ਹੱਥ ਪੀਲੇ ਕਰ ਦਿੱਤੇ ਗਏ ਪਰ ਬੜੀ ਬੇਸਵਾਦੀ ਦੀ ਹਾਲਤ ਵਿੱਚ ਮਲਿਕ ਜੀ ਕਲੇਜਾ ਮਹਿਸੂਸ ਕੀ ਰਹਿ ਗਏ ਜਦ ਦੇਨ ਦਵਾਨ ਦੇ ਮਾਮਲੇ ਵਿੱਚ ਰਾਜੇਸ਼ਵਰੀ ਨੇ ਉਹਨਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ ਸੰਤੋਖ ਜੀ ਉਹਨਾਂ ਨੂੰ ਸੀ ਤਾਂ ਆਪਣੀ ਬੱਚੀ ਦੇ ਆਤਮ ਬਲ ਕਰਕੇ ਸੁਸ਼ਮਾ ਡੋਲੇ ਚੜਨ ਤੋਂ ਪਹਿਲਾਂ ਇਹਨਾਂ ਸ਼ਬਦਾਂ ਨਾਲ ਉਹਨਾਂ ਨੂੰ ਤਰਵਾਸ ਦੇ ਗਈ ਸੀ ਤੁਸੀਂ ਬੌਜੀ ਕਿਉਂ ਦਿਲ ਛੋਟਾ ਕਰਦੇ ਜੀ ਮੇਰੇ ਵੱਲੋਂ ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਕਰਨੀ ਪਵੇਗੀ ਜਨਮ ਮੈਨੂੰ ਤੁਸੀਂ ਦਿੱਤਾ ਹੈ ਕਿਸਮਤ ਆਪਣੀ ਮੈਂ ਆਪ ਬਣਾਵਾਂਗੀ ਸੌਰੀ ਜਾਣ ਤੋਂ ਬਾਅਦ ਸੁਸ਼ਮਾ ਭਾਵੇਂ ਮਲਕ ਜੀ ਨੂੰ ਆਸ ਬਣਾਉਂ ਕਿਸਮ ਦੀਆਂ ਚਿੱਠੀਆਂ ਲਿਖਦੀ ਰਹੀ ਪਰ ਕਿਸੇ ਹੋਰ ਜ਼ਰੀਏ ਤੋਂ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਆ ਭਾਗਣੀ ਨੂੰ ਉੱਥੇ ਜਾ ਕੇ ਵੀ ਉਹ ਕੁਝ ਪ੍ਰਾਪਤ ਹੋਇਆ ਜੋ ਪੇਕੀ ਹੁੰਦੇ ਆ ਵਿਚਾਰੀ ਲਈ ਅਸਮਾਨੋਂ ਡਿੱਗਾ ਖਜ਼ੂਰ ਤੇ ਅਟਕਿਆ ਵਾਲੀ ਹੀ ਘਟਨਾ ਹੋਈ ਵਿਆਹ ਤੋਂ ਥੋੜੇ ਦਿਨਾਂ ਬਾਅਦ ਕੁੜਮ ਵੱਲੋਂ ਮਲਿਕ ਜੀ ਨੂੰ ਪਹਿਲੀ ਚਿੱਠੀ ਮਿਲੀ ਜਿਸ 'ਚ ਬਹੁਤ ਜ਼ੋਰ ਦਿੱਤਾ ਗਿਆ ਸੀ ਕਿ ਜਲਦੀ ਤੋਂ ਜਲਦੀ ਆਪਣੇ ਜਵਾਈ ਲਈ ਕਿਸੇ ਉਪਜਾਊ ਨੌਕਰੀ ਦਾ ਪ੍ਰਬੰਧ ਕਰੋ ਪਰ ਇਹ ਉਹਨਾਂ ਦੇ ਵਸਤਾ ਰੋਗ ਨਹੀਂ ਸੀ ਜਦ ਕਿਸੇ ਵਾਰਸ਼ ਜਦ ਕਿਸੇ ਸਫਾਰਿਸ਼ ਤੇ ਰਿਸ਼ਵਤ ਦੇ ਨੇੜੇ ਜਾਣ ਦੀ ਉਸੋਂ ਖਾ ਚੁੱਕੇ ਸੀ ਆਪਣੀ ਸਵਰਗਵਾਸੀ ਪਤਨੀ ਦੇ ਸਾਹਮਣੇ ਫਿਰ ਜਦ ਉਹਨਾਂ ਨੂੰ ਪਤਾ ਲੱਗਾ ਕਿ ਬਿਹਾਰੀ لال ਨੂੰ ਨੌਕਰੀ ਮਿਲ ਗਈ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਪਾਰਾ ਵਾਰ ਨਾ ਰਿਆ ਭਾਵੇਂ ਜਾਣਦੇ ਸਨ ਇੱਕ ਪ੍ਰਾਇਮਰੀ ਟੀਚਰ ਦੀ ਕਿੰਨੀ ਕਿ ਤਨਖਾਹ ਹੁੰਦੀ ਹੈ ਫਿਰ ਵੀ ਇੰਨਾ ਸੰਤੋਖ ਤਾਂ ਉਹਨਾਂ ਨੂੰ ਹੋਇਆ ਹੀ ਕਿ ਵਿਚਾਰੀ ਸੁਸ਼ਮਾ ਨੂੰ ਸੱਸ ਦੀਆਂ ਨਿਤ ਦਿਹਾੜੀ ਦੀਆਂ ਝੋਬੜਾਂ ਤੋਂ ਤਾਂ छुटਕਾਰਾ ਮਿਲੇਗਾ ਤੇ ਫਿਰ ਜਦ ਸੁਸ਼ਮਾ ਦੀ ਚਿੱਠੀ ਆਈ ਕਿ ਉਹ ਆਪਣੇ ਉਹਨਾਂ ਨਾਲ ਡਲਹੌਜ਼ੀ ਜਾ ਰਹੀ ਹੈ ਤਾਂ ਮਲਿਕ ਜੀ ਨੂੰ ਇੱਕ ਨਵੀਂ ਪਰੇਸ਼ਾਨੀ ਨੇ ਆ ਕੇ ਰਿਆ ਇੰਨੀ ਥੋੜੀ ਤਨਖਾਹ ਨਾਲ ਡਲਹੌਜ਼ੀ ਵਰਗੇ ਮਹਿੰਗੇ ਥਾਵੇਂ ਕਿ ਕੰਨ ਗੁਜ਼ਾਰਾ ਹੋਏਗਾ ਦੋਆਂ ਦਾ ਦਿਲ ਚ ਇੱਛਾ ਪੈਦਾ ਹੋਈ ਕਿ ਹਰ ਮਹੀਨੇ ਕੁਝ ਨਾ ਕੁਝ ਭੇਜ ਦਿਆ ਕਰਨਗੇ ਵਿਚਾਰੀ ਨੂੰ ਪਰ ਇਹ ਸਿੱਚਾ ਨੂੰ ਅਮਲ 'ਚ ਲਿਆਉਣਾ ਕੀ ਉਹਨਾਂ ਲਈ ਸੌਖਾ ਸੀ ਜਦ ਕਿ ਸਭ ਕੁਝ ਤੇ ਰਾਜੇਸ਼ਵਰੀ ਕੁੰਡਲੀ ਮਾਰੀ ਬੈਠੀ ਸੀ ਫਿਰ ਵੀ ਉਹਨਾਂ ਇਹ ਨਿਸ਼ਚਾ ਕੀਤਾ ਕਿ ਜਿੰਨਾ ਵੀ ਸਰੇ ਬਣੇ ਇਧਰ ਉਧਰੋਂ ਕਰਕੇ ਸੁਸ਼ਮਾ ਦੀ ਕੁਝ ਨਾ ਕੁਝ ਮਦਦ ਤਾਂ ਉਹਨਾਂ ਨੂੰ ਕਰਨੀ ਪੈਗੀ ਧੰਨਵਾਦ